असी सोध देंगे। आ जी सोधन वाली मैंटेलिटी है ना साहब, पंजाब नू एक समझ के चलना पऊगा साहब। पंजाब इज वन, अमृतधारियां नाल सच्चा सिख एक ओंकार। अज ते इन्हां दे मोटे दिमाग च आई नहीं पी भी की हुंदा एक ओंकार, ओ एक है। इस सोधन वाले शब्द की दे की ने कही, तुसीं वीडियो देखदे नहीं जिहड़े जहर संचार करी जांदे सी उन्हां ने कहा। जिहड़े पंजाब दे नौजवानां ते अमृतपाल ते जां होर ते NSA लगी है, उस नूं सुनील जाखड़ किवें देखदे ने, की तुहाडे मुताबिक? कुछ भी नहीं लगणा सी साहब, अजे शुरू नाल कायम हो जांदे, जे अजे नाला ना होण दिंदे अजे नाला कांड कुछ ही नहीं होना सीगा। जिहड़े वड्डी पोजीशन च पहुंच गए, चाहे अंबिका सोनी सी या चाहे तारिक अनवर, जिहड़े मैनूं नोटिस कढ़िया सीगा जिन्हें कहा सी वी सोनिया गांधी बाहर दी है, ते मैं मनदा ही नहीं। 20 साल दे बाद आके मैनूं नोटिस कढ़ी जांदा जिहड़ा। आन वाले भविख दे विच चोण लड़ोंगे तुसीं, कहा सी एक्टिव पोलिटिक्स तों मैं दूर हां। आई एम आउट ऑफ एक्टिव पोलिटिक्स, 70 साल दा मैं हो गया, इन्हां ने जदों इलैक्शन इन्हां ने 75 दा हो जाऊंगा, पार्टी च वैसे कोई मौका नहीं। ਪੰਜਾਬੀ ਦੇ ਅਣਖ ਨੂੰ ਵੰਗਾਰਿਆ ਵੀ ਕੋਈ ਨਾ ਕੋਈ ਸਵਾਰ ਕੇ ਜਾਈਏ, ਇਹਨਾਂ ਨੂੰ ਦਿਖਾਈਏ ਸਹੀ ਵੀ ਕਿਵੇਂ ਪੰਜਾਬ ਦਾ ਭਲਾ ਕੀਤਾ ਜਾ ਸਕਦਾ। ਅਦਰਵਾਈਜ਼ ਮੇਰੇ ਵਾਸਤੇ ਧਰਮ ਪਰਿਵਰਤਨ ਦੇ ਬਰਾਬਰ ਹੈ, ਕੋਈ ਸੌਖਾ ਫੈਸਲਾ ਨਹੀਂ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਜਲੰਧਰ ਦਾ ਚੋਣ ਅਖਾੜਾ ਲਗਾਤਾਰ ਭਖਦਾ ਜਾ ਰਿਹਾ, ਦਿਲਚਸਪ ਹੁੰਦਾ ਜਾ ਰਿਹਾ, ਜਿਵੇਂ ਜਿਵੇਂ 10 ਮਈ ਨਜ਼ਦੀਕ ਆ ਰਹੀ ਹੈ। ਮੈਂ ਬਾਰ ਬਾਰ ਇਹ ਗੱਲ ਦੁਹਰਾ ਰਿਹਾ ਕਿਉਂਕਿ ਗਰਾਊਂਡ ਤੇ ਲੱਗੇ ਹੋਏ ਆ ਕਿ ਜਿਹੜਾ ਮਾਹੌਲ ਹੈ ਲੋਕ ਦਿਲਚਸਪੀ ਲੈਣ ਲੱਗੇ ਨੇ। ਜਾਖੜ ਸਾਹਿਬ ਇਸ ਵਕਤ ਮੇਰੇ ਨਾਲ ਮੌਜੂਦ ਨੇ। ਜਾਖੜ ਸਾਹਿਬ ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਹੋਊਗੀ ਕਿ ਕੱਲ੍ਹ ਨਾਲੋਂ ਅੱਜ ਮਾਹੌਲ ਕੁਝ ਜ਼ਿਆਦਾ ਵਧੀਆ, ਤੇ ਜੇ ਪਰਸੋਂ ਦੀ ਗੱਲ ਕਰੀਏ ਤਾਂ ਪਰਸੋਂ ਨਾਲੋਂ ਕੱਲ੍ਹ ਮਾਹੌਲ ਜਿਹੜਾ ਉਹ ਜ਼ਿਆਦਾ ਦਿਲਚਸਪ ਹੋਇਆ। ਲੋਕ ਘਰਾਂ ਚੋਂ ਬਾਹਰ ਨਿਕਲ ਰਹੇ, ਪਹਿਲਾਂ ਇਹ ਲੱਗਦਾ ਸੀ ਕਿ ਵੋਟਿੰਗ ਕੋਈ ਖਾਸ ਨਹੀਂ ਹੋਣੀ, ਪਰ ਅੱਜ ਦੀ ਰੈਲੀ ਦੱਸ ਰਹੀ ਹੈ ਕਿ ਲੋਕ ਦਿਲਚਸਪੀ ਲੈ ਰਹੇ ਨੇ। ਕਹਿੰਦੇ ਜਾਦੂ ਉਹ ਜਿਹੜਾ ਸਿਰ ਚੜ ਕੇ ਬੋਲੇ। ਤੁਹਾਡੇ ਸਾਹਮਣੇ ਜੋ ਕੁਛ ਤੁਸੀਂ ਦੇਖ ਰਹੇ ਹੋ, ਆਹ BJP ਦੀ ਵਰਕਰ ਦੀ ਮਿਹਨਤ, ਉਹਨਾਂ ਦੀ ਲਗਨ, ਕਮਿਟਮੈਂਟ ਟੂ ਆਈਡੀਓਲੋਜੀ, ਉਹ ਸਾਹਮਣੇ ਬੋਲ ਰਹੀ ਹੈ। ਤੇ ਤੁਸੀਂ ਕੱਲ੍ਹ ਤੇ ਪਰਸੋਂ ਦੀ ਗੱਲ ਕੀਤੀ, ਮੈਂ ਕਹਿੰਦਾ ਜਦੋਂ ਤੋਂ ਨੂੰਹ ਮਾਸ ਦਾ ਰਿਸ਼ਤਾ ਟੁੱਟਿਆ, ਉਸ ਇੱਕ ਝਟਕਾ ਸੀਗਾ, ਕਿਉਂਕਿ BJP ਉਦੋਂ ਤਾਂ ਅੱਜ ਤਾਂ ਆਪਣੇ ਸਹਿਯੋਗੀ ਅਕਾਲੀ ਦਲ ਤੇ ਨਿਰਭਰ ਸੀ। ਉਸ ਦਿਨ ਤੋਂ ਜਿਹੜੀ ਮਿਹਨਤ ਹੈ, 9 ਮਾਸ ਦਾ ਰਿਸ਼ਤਾ ਬੰਨ ਲਿਓ, ਬਾਦਲ ਸਾਹਿਬ ਨੇ ਹਮੇਸ਼ਾ ਕਿਹਾ ਵੀ ਸਾਡਾ 9 ਮਾਸ ਦਾ ਰਿਸ਼ਤਾ ਹੈ, ਤੁਸੀਂ ਬੰਨ ਲਿਓ। ਜਦੋਂ ਉਹ ਸਾਹਮਣੇ ਆ ਗਿਆ 9 ਮਾਸ ਕਦੇ ਆਡੋ ਦੇ ਦੇਖੇ ਤੁਹਾਡੇ ਸਾਹਮਣੇ ਹੈ, ਮੇ ਬੀ ਇਟ ਵਾਜ਼ ਅ ਪੋਲੀਟਿਕਸ ਆਫ ਕਨਵੀਨੀਅੰਸ ਉਹਨਾਂ ਵਾਸਤੇ, ਜੋ ਕੁਛ ਵੀ ਸੀਗਾ, ਪਰ ਉਹਨਾਂ ਨੇ ਇੱਕ ਭਰਮ ਬਣਾ ਦਿੱਤਾ। 22 ਵਰਸਾ ਸੀਗਾ, 22 ਵਰਸਾ ਸੀਗਾ ਕਿ ਨਹੀਂ ਸੀਗਾ, ਕਿਹਨੇ ਤੋੜਿਆ ਦਾ ਇਹਨਾਂ ਨੇ, ਅਗਰ ਉਹਨਾਂ ਨੇ 22 ਵਰਸਾ ਦਾ ਕਹਿ ਦਿੰਦੇ ਵੀ ਅਸੀਂ ਤੁਹਾਡੇ ਤੋਂ ਕੀ ਲੈਣਾ। ਬਟ ਅੱਜ ਇਸ਼ੂ ਆ ਹੈ ਵੀ ਉਸ ਦਿਨ ਤੋਂ ਲੈ ਕੇ ਅੱਜ ਤਾਈਂ ਐਵਰੀ ਡੇ ਹੈਜ਼ ਬੀਨ ਬੈਟਰ ਦੈਨ ਦ ਡੇ ਬਿਫੋਰ। ਤੇ ਅੱਜ ਇਸ ਪਿਛਲੇ ਸੰਗਰੂਰ ਇਲੈਕਸ਼ਨ ਤੋਂ ਬਾਈ ਇਲੈਕਸ਼ਨ ਤੋਂ ਲੈ ਕੇ ਹੁਣ ਤਾਈਂ ਅਗਰ ਕਿਸੇ ਪਾਰਟੀ ਨੇ ਸਭ ਤੋਂ ਜ਼ਿਆਦਾ ਲੂਜ਼ ਕੀਤਾ ਹੈ ਇਮੇਜ ਵਾਈਜ਼, ਪਰਸੈਪਸ਼ਨ ਵਾਈਜ਼, ਉਹ ਹੈ ਆਮ ਆਦਮੀ ਪਾਰਟੀ, ਤੇ ਅਗਰ ਕਿਸੇ ਪਾਰਟੀ ਨੇ ਗੇਨ ਕੀਤਾ ਹੈ ਪੋਲੀਟੀਕਲੀ, ਉਹ ਹੈ BJP। ਤੁਹਾਡੇ ਸਾਹਮਣੇ ਸਭ ਦੇਖ ਰਹੇ ਹੈ। ਅੱਛਾ, ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਤੁਹਾਡੇ ਤੇ ਮੈਂ ਖਾਸ ਤੌਰ ਤੇ ਮੈਂ ਵੀ ਸੋਚਦਾ ਹੁੰਦਾ ਕਿ ਤੁਸੀਂ ਜਿਹੜੀਆਂ ਗੱਲਾਂ ਕਰਕੇ ਜਾਂ ਜਿਹਨਾਂ ਲੀਡਰਸ ਕਰਕੇ ਕਾਂਗਰਸ ਛੱਡੀ, ਹੁਣ ਉਹ ਕਈ ਲੀਡਰਸ, ਜਾਂ ਹੋ ਸਕਦਾ ਕਿ ਉਹਨਾਂ ਵਿੱਚੋਂ ਕਈ ਨਹੀਂ ਵੀ ਆਏ ਹੋਣ, ਕਈਆਂ ਨੇ ਬਹੁਤੀ ਲੀਡਰਸ਼ਿਪ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਕਾਂਗਰਸ ਦੀ, ਉਹ ਅੱਜ BJP ਦੀ ਵਿੱਚ ਸ਼ਾਮਿਲ ਹੋ ਗਈ, ਤੇ ਕਿ ਅੱਜ ਸੁਨੀਲ ਜਾਖੜ ਨੂੰ ਉਹ ਲੀਡਰਸ਼ਿਪ ਜਿਹੜੇ ਉਹ ਲੀਡਰ ਸੀ ਉਹ ਸਹੀ ਨੇ ਜਾਂ ਫਿਰ ਉਹ ਅੱਜ ਵੀ ਖੜਕਦੇ ਨੇ? ਮੇਰਾ ਗੁੱਸਾ ਲੀਡਰਸ਼ਿਪ ਉਹ ਪਰਟੀਕੁਲਰ ਲੀਡਰਸ ਨਾਲ ਮੇਰੀ ਨਾਰਾਜ਼ਗੀ ਸੀ ਜਦੋਂ ਮੈਂ ਦੇਖਿਆ ਵੀ ਆਹ ਹੀ ਸਾਰੇ ਹੈਗੇ ਤੇ ਇਹਨਾਂ ਨਾਲ ਮੈਂ ਕੰਮ ਨਹੀਂ ਕਰ ਸਕਦਾ। ਉਦੋਂ ਮੈਂ ਕਿਹਾ ਸੀ ਆਈ ਐਮ ਵਿਦਡਰਾਇੰਗ ਫਰੋਮ ਐਕਟਿਵ ਪੋਲਿਟਿਕਸ ਇਲੈਕਸ਼ਨਾਂ ਤੋਂ ਪਹਿਲਾਂ, ਛੱਡਣ ਦੀ ਨੌਬਤ ਬਾਅਦ 'ਚ ਆਈ। ਮੇਰਾ ਇੱਕੋ ਇੱਕ ਗਰਜ ਸੀਗਾ ਵੀ ਆਹ ਇੱਕ ਜਿਹੜੀ ਛੋਟੀ ਸੋਚ ਹੈ ਜਾਤ ਪਾਤ ਦੇ ਨਾਮ ਤੇ, ਦਿੱਖ ਦੇ ਆਧਾਰ ਤੇ ਅਗਰ ਜੇ ਕਾਂਗਰਸ ਚੱਲਦੀ ਹੈ ਤਾਂ ਮੈਂ ਕਿਹਾ ਸੀ ਵੀ ਆਹ ਸੋਚ ਕਾਂਗਰਸ ਪਾਰਟੀ ਦੀ ਨਹੀਂ ਹੋ ਸਕਦੀ, ਕੁਛ ਲੀਡਰਸ ਦੀ ਹੈ ਜਿਹੜੇ ਵੱਡੀ ਪੋਜੀਸ਼ਨ 'ਚ ਪਹੁੰਚ ਗਏ, ਚਾਹੇ ਅੰਬਿਕਾ ਸੋਨੀ ਸੀ ਜਾਂ ਚਾਹੇ ਤਾਰਿਕ ਅਨਵਰ, ਜਿਹੜੇ ਮੈਨੂੰ ਨੋਟਿਸ ਕੱਢਿਆ ਸੀਗਾ, ਤੇ ਉਹਨਾਂ ਦੀ ਹੋ ਸਕਦੀ ਹੈ। ਤਾਰਿਕ ਅਨਵਰ ਜਿਹੜਾ ਡਿਸਿਪਲਿਨਰੀ ਐਕਸ਼ਨ ਕਮੇਟੀ ਦਾ ਸੀਗਾ, ਜਿਹਨੇ ਕਿਹਾ ਸੀ ਵੀ ਸੋਨੀਆ ਗਾਂਧੀ ਬਾਹਰ ਦੀ ਹੈ, ਇਹ ਮੈਂ ਮੰਨਦਾ ਹੀ ਨਹੀਂ, 20 ਸਾਲ ਦੇ ਬਾਅਦ ਆ ਕੇ ਮੈਨੂੰ ਨੋਟਿਸ ਕੱਢੀ ਜਾਂਦਾ ਜਿਹੜਾ, ਉਹਨੂੰ ਦੇਖ ਕੇ ਮੈਂ ਛੱਡੀ ਸੀ। ਪਰ ਅੱਜ ਉਹ ਕਿਤੇ ਆ ਜਾਣ, ਬੰਦੇ ਤਾਂ ਹਰ ਕਿਸਮ ਦੇ ਪਾਰਟੀ 'ਚ ਹੈ ਜੀ, ਮੈਂ ਕਿਸੇ ਨੂੰ ਕਰੈਕਟਰ ਸਰਟੀਫਿਕੇਟ ਨਹੀਂ ਦਿੰਦਾ, ਮੈਂ ਕਿਸੇ ਉਹਨਾਂ ਦੇ ਆਪ ਦੀ ਸੋਚ ਹੋ ਸਕਦੀ, ਮੇਰੀ ਆਪ ਦੀ ਸੋਚ ਹੈ। ਐਸ ਲੌਂਗ ਐਸ ਪਾਰਟੀ ਲੀਡਰਸ਼ਿਪ ਇਜ਼ ਅਵੇਅਰ ਕਿ ਕਿਹੜੀ ਗੱਲ ਤੇ ਪਹਿਰਾ ਦੇ ਰਹੇ ਹਾਂ, ਕਿੱਥੇ ਖੜੇ ਹਾਂ, ਆਹ ਮੌਕੇ ਕਿ ਜਿੱਦਣ ਉਹਨਾਂ ਨੂੰ ਲੱਗੂਗਾ ਵੀ ਸੁਨੀਲ ਸਾਡੇ ਉਸ ਸੋਚ ਤੋਂ ਅੱਡ ਹੈ,
ਤੇ ਸੁਨੀਲ ਦਾ ਪਹਿਲਾਂ ਹੀ ਕਈ ਬੈਠਾ ਸੀ ਮੈਂ ਦਾ ਆਪਦੇ ਘਰੇ ਅਵੇ ਫਰਮ ਐਕਟਿਵ ਪੋਲਿਟਿਕਸ ਤੋਂ ਥਿਸ ਇਜ਼ ਨਾਟ ਐਨ ਇਸ਼ੂ ਕੌਣ ਆਇਆ ਕੌਣ ਗਿਆ ਹੁਣ ਕਹਿੰਦੇ ਆਉਣ ਵਾਲੇ ਭਵਿੱਖ ਦੇ ਵਿੱਚ ਚੋਣ ਲੜੋਗੇ ਤੁਸੀਂ ਕਿਹਾ ਸੀ ਐਕਟਿਵ ਪੋਲਿਟਿਕਸ ਤੋਂ ਮੈਂ ਦੂਰ ਆ ਆਈ ਐਮ ਆਊਟ ਆਫ ਐਕਟਿਵ ਪੋਲਿਟਿਕਸ ਹਾਂ ਸਿਰ ਸਿਰਫ ਬੀਜੇਪੀ ਨੂੰ ਮਜ਼ਬੂਤ ਕਰ ਰਹੇ ਹੋ ਮੈਂ ਪੰਜਾਬ ਦੀ ਗੱਲ ਵਾਸਤੇ ਇੱਥੇ ਆਇਆ ਹਾਂ ਜੀ ਬੀਜੇਪੀ ਇੱਕ ਇਸ ਪੰਜਾਬ ਦੀ ਬਿਹਤਰੀ ਵਾਸਤੇ ਅੱਜ ਕਿੱਥੋਂ ਹੋਊਗਾ ਪੰਜਾਬ ਬਿਹਤਰ ਅੱਜ ਕਿਹੜੀ ਪਾਰਟੀ ਹੈ ਅਕਾਲੀ ਪਾਰਟੀ ਆਪਣੀ ਹੋਣ ਦੀ ਲੜਾਈ ਲੜ ਰਹੀ ਹੈ कांग्रेस पार्टी आपस से लड़ाई लड़ी जाती है हम लड़ाई भी लड़ रही है दो दो फ्रंट खोल रखे उन्होंने एक हरेक लीडर दूजे मारन फिर एक अपनी वजूद बचाने लड़ी जाते हैं अज पंजाब जेडे मुढ़ले मुद्दे है चाहे अनइंप्लॉयमेंट है किसानी जिसे करके इन्होंने आपस से संबंध टुटे उन्होंने संभालने वास्ते लोड़ है ये करके खड़े हैं वो आवाज चकांगे दूसरे पास बीजेपी अपनी जी पोलिटिकल ईगो सैटिस्फाइड करने ईगो सैटिस्फाइड करने के मैं जेड़ा ने मैं अगे नहीं आ दिता मैं उन्होंने हराने के लिए बीजेपी च शामिल हूं मैनू कोई वहम नहीं मेरे करके को हार तक जितना किसी और वहम होना है मैं एक बड़ा छोटा जा आदमी हाँ जिन्हों वाहेगुरु का हमेशा मेहर रही है लोगों ने हमेशा आशीर्वाद दे के अगे तोरिया बड़ा प्यार हुंगारा दिता है मैं तो उत्थे खड़ा मैनू कोई वहम नहीं मेरे करके कोई जितता है कोई हारद ना ही मेरे कोई वोट बैंक है मेरे को लोगों का प्यार है वह मैं ले फिर कीमत चुका सकता भी कोई मुढ़ली समस्या हल कर जावा तो मैं समझता मेरा जीवन सार्थक हो जूगा बाकी लीडर का बहुत तुरे फिरते वे वे लीडर है मेरे मन च कई दिल के सवाल ने जो मैं थोड़े तो कदम पूछना चाहना पर अज समा नहीं है पर एक सवाल जरूर पूछूंगा कि तुम कांग्रेस को छोड़ के बीजेपी के गए हो एक आइडियोलॉजी को छोड़ के दूसरी आइडियोलॉजी के जाना हो बड़ा बड़ा लंबा अरसा चाहिए बड़ा सोचना पैंदा कदों तो मन बना लिया मन मैं बनाया जो उन्होंने मेरे कहिंदे पंजाबी दे अणख नूं वंगारिया मेरे 50 सालां दी अणख नूं जदों वंगारिया साहब उदों मैं छड्डी इन्हां नूं कि आया इस पार्टी च इस करके आ कि कोई ना कोई सवार के जाइए इन्हां नूं दिखाइए सही भी किवें पंजाब दा भला कीता जा सकदा है अदरवाइज मेरे वास्ते धर्म परिवर्तन दे बराबर है कोई सौखा फैसला नहीं इसे करके मैं अपनी गल ते खड़ा लोग कहणगे भी कोई कोई इन्हां नूं दे पाउणा है मैं तां कुछ नहीं लिया 70 साल का मैं हो गया इन्होंने जो इलेक्शन आने 75 का हो जाऊंगा पार्टी से वैसे कोई मौका नहीं सो मेरा तो एक मोटिव है कि कुछ ना कुछ पंजाब वास्ते जे अगर कोई मेरे अपने गुडविल या उन्होंने जिन्ना का मान सत्कार करते हैं ਉਹਦੇ ਕਰਕੇ ਪੰਜਾਬ ਦੇ ਵਾਸਤੇ ਕੋਈ ਮਸਲਾ ਲੈ ਜਾਈਏ ਦੈਟ ਇਜ਼ ਮਾਈ ਪੰਜਾਬ ਦੀ ਗੱਲ ਕਰਦੇ ਹਾਂ ਕਿ ਪਰਸੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਟਵੀਟ ਕੀਤਾ ਤੁਹਾਡਾ ਨਾਮ ਉਹ ਦਰਬਾਰੇ ਸਿਆਸਤ ਸਪੋਕਸਮੈਨ ਦੇ ਚ ਨਾਮ ਲੈਂਦੇ ਨੇ ਕਹਿੰਦੇ ਸੁਨੀਲ ਜਾਖੜ ਤੇ ਹੋਰ ਕੀ ਲੀਡਰ ਬਿਲਕੁਲ ਜਾਊਗਾ ਸੁਨੀਲ ਜਾਖੜ ਪਰ ਸੁਨੀਲ ਜਾਖੜ ਜਾਊਗਾ ਜਿਹੜਾ ਪੰਜਾਬ ਵਾਸਤੇ ਸਾਹਿਬ ਸੁਨੀਲ ਜਾਖੜ ਜਾਊਗਾ ਪੰਜਾਬ ਦੀ ਗੱਲ ਕਰਨ ਵਾਸਤੇ ਮੈਂ ਭਗਵੰਤ ਮਾਨ ਜੀ ਨੂੰ 1000 ਕਰੋੜ ਲਿਆ ਕੇ ਦੇ ਦਿਆਂ ਅਗਲੇ ਸਾਲ ਫੂਕਣ ਵਾਸਤੇ ਇਸ਼ਤਿਹਾਰਾਂ ਦੇ ਉੱਤੇ ਬਿਲਕੁਲ ਨਹੀਂ ਸਾਹਿਬ मैं भगवंत मान केजरीवाल दे रूरल डेवलपमेंट नहीं साहब रूरल डेवलपमेंट फंड एक तो सब तो वड्डी गल है कि आ जिहड़ा कहिंदे पंजाब दे खिलाफ है अक्रॉस दी बोर्ड सारी स्टेट से लग्या चाहे हरियाणा है चाहे मध्य प्रदेश है हरेक स्टेट ते है दूजा जिथे तई पंजाब दी गल है कोई एजेंडा बनाओ भगवंत मान जी भी असी पंजाब दे बच्चियां नूं रोजगार देण वास्ते आ साडी स्कीम है सानू केंद्र साडी बांह फड़े पंजाब दे किसान नूं किस तरह असी इस कणक दे झोने दे साइकिल चो कढ सकदे आ कोई बनाण असी नाल चलण नूं तैयार इह तां फैडरल सिस्टम ते किते ना किते चोट है जे मतलब कि तुहानूं लगदा विश्वास नहीं हैगा दिल्ली दे अंदर उह कह दिंदे ने कि बीजेपी दे सानूं विश्वास नहीं हैगा तां फैडरल सिस्टम ते ढांचे ते बहुत वड्डी चोट है कि जे तुसीं कह रहे हो कि सानूं इहदा ते विश्वास नहीं कि सही तरीके नाल करनगे इस तरीके नाल तां सारियां जिहड़ियां एड ने उह रोक दी मैं कह रहा भी इहनां दे नहीं कट्टे सारे अक्रॉस दी बोर्ड है इहदे नाल थोनू पता नरमे दे उत्ते किन्ना लगता है नरमे दे उत्ते 6% लाओ 10,000 रुपये क्विंटल रेट होया है तो उहदे ते किन्ना बनता है इस करके इन्हां ने जिहड़े 1000 रुपये फूकी जांदे आ इन्हां नूं भी जा कोई ना कोई एजेंडा लैके जाना पऊगा साहब इट इज नॉट अ ब्लाइंड चैक भी उन्होंने जाके कट लो पंजाब नूं स्पैशल पैकेज है पंजाब नूं पैसे की लोड़ है तां रेवड़ियां मंडनी बंद करन
डिवेलपमेंट की गल कर पैसा डिवेलपमेंट का साहब मोदी साहब ने जेब चो नहीं देना वह भी लोगों का पैसा है लोगों से लाओ ओके वास्ते नाल खड़े हैं। कल अनुराग ठाकुर जी भी यह गिला कर रहे थे चन्नी साहब के नाल पर कल अपनी गल शायद आम आदमी पार्टी का जिक्र कर गए कि जिहड़ा 40,000 रुपया करोड़ देन मोदी साहब आए थे वह नहीं देखे गए कि तुसी वो 40,000 करोड़ के जिहड़े प्रोजेक्ट ने वह वापिस मंगवा दे लई मोदी जी ने कोई अरे प्रोजेक्ट आने के साहब प्रोजेक्ट लैण वाला तो कोई बने ਤੁਸੀਂ ਕਹਿੰਦੇ ਹੋ ਵੀ RTF ਦਵਾ ਦਿਓ ਤੁਸੀਂ ਆਹ ਗੱਲ ਭੁੱਲ ਗਏ ਵੀ ਅੱਜ ਤੋਂ ਮਹੀਨੇ ਪਹਿਲਾਂ 13 ਤਰੀਕ ਨੂੰ 13 ਅਪ੍ਰੈਲ ਨੂੰ ਭਗਵੰਤ ਮਾਨ ਜੀ ਨੇ ਕੀ ਕਿਹਾ ਸੀਗਾ ਭਗਵੰਤ ਮਾਨ ਜੀ ਕਹਿੰਦੇ ਸੀ ਕਹਿੰਦਾ ਉਹ ਐਗਜੈਕਟ ਉਹਨਾਂ ਦੇ ਵਰਡ ਸੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਹਿੰਦਾ ਇਹ ਲੈ ਜਾਣ ਨਾ ਖਰੀਦਣ ਕਣਕ ਮੇਰੀ ਗੱਲ ਹੋਈ ਖੜੀ ਹੈ ਇਹਨਾਂ ਨੇ 3 ਸੂਬਿਆਂ ਦਾ ਨਾਮ ਲਿਆ ਕਹਿੰਦੇ ਵੈਸਟ ਬੰਗਾਲ ਕੇਰਲਾ ਤਾਮਿਲਨਾਡੂ ਮੈਂ ਮੇਰੀ ਕਣਕ ਉੱਥੇ ਵੇਚ ਦੂੰਗਾ ਫਿਰ ਵੇਚ ਲੈਣ ਸਾਹਿਬ 6% ਲਾ ਕੇ ਵੇਚ ਲੈਣ RTF ਕੌਣ ਰੋਕਦਾ इस तरह नहीं सरकारां तुसीं एक पासे फैडरल होने का दावा कर रहे हो दूजे पासे चाहे केजरीवाल साहब है चाहे भगवंत मान जी है तलवारां कढ़ी खड़े है असीं देख लांगे सब देश तां इक्को ही है कहिंदे FCI कित्थों खरीदूगी असीं नहीं दिंदे असीं उधर बेचांगे फिर बेच लो फिर सुनील जाखड़ दा क्यों दवाई देई जांदे हो ते लै लो 6% ਜਿਹੜੇ ਪੰਜਾਬ ਦੇ ਨੌਜਵਾਨਾਂ ਤੇ ਅੰਮ੍ਰਿਤਪਾਲ ਤੇ ਜਾਂ ਹੋਰ ਤੇ NSA ਲੱਗੀ ਹੈ ਉਸ ਨੂੰ ਸੁਨੀਲ ਜਾਖੜ ਕਿਵੇਂ ਦੇਖਦੇ ਨੇ ਕੀ ਤੁਹਾਡੇ ਮੁਤਾਬਿਕ ਕੁਝ ਵੀ ਨਹੀਂ ਲੱਗਣਾ ਸੀ ਸਾਹਿਬ ਅਜੇ ਸ਼ੁਰੂ ਨਾਲ ਕਾਇਮ ਹੋ ਜਾਂਦੇ ਜੇ ਅਜੇ ਨਾਲਾ ਨਾ ਹੋਣ ਦਿੰਦੇ ਅਜੇ ਨਾਲਾ ਕਾਂਡ ਕੁਝ ਹੀ ਨਹੀਂ ਹੋਣਾ ਸੀਗਾ ਆਹ ਸਾਰੀ ਕਮਜ਼ੋਰੀ ਇਹਨਾਂ ਦੀ ਹੈ ਜੋ ਕੁਝ ਲੱਗਿਆ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਵੀ ਆਹ ਜੋ ਕੁਝ ਇਹਨਾਂ ਨੇ ਕੀਤਾ ਇਸ ਤਰ੍ਹਾਂ ਜਿਹੜਾ ਸਟੇਟ ਨੇ ਕਿਹਾ ਸੀ ਲਾਅ ਐਂਡ ਆਰਡਰ ਵਾਸਤੇ ਆਹ ਕਹਿੰਦੇ ਸਾਡੇ ਕੋਆਪਰੇਟ ਨਹੀਂ ਕਰਦੇ ਉਹ ਤਾਂ ਪੂਰੀ ਕੌਣ ਲੈ ਕੇ ਆਇਆ ਐਡੀਸ਼ਨਲ ਫੋਰਸਿਸ ਕੌਣ ਗਿਆ ਭਗਵੰਤ ਮਾਨ ਜੀ ਗਏ ਉਹ ਤਾਂ ਕਹਿੰਦੇ ਮੈਂ ਹੌਸਪੀਟਲ ਤੋਂ ਪਹਿਲਾਂ ਕੋਈ ਇਵੈਂਟ ਸੀਗਾ ਉਹਦੇ ਲਈ ਲੈ ਕੇ ਆਇਆ ਕਿਹੜੇ ਇਵੈਂਟ ਵਾਸਤੇ ਲੈ ਕੇ ਗਿਆ ਸੀ ਉਸ ਤੋਂ ਪਹਿਲਾਂ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕੋਈ ਇਵੈਂਟ ਸੀਗਾ ਕੋਈ ਇਵੈਂਟ ਨਹੀਂ ਸਾਹਿਬ ਪੰਜਾਬ ਦੇ ਹਾਲਾਤ ਹੈ ਜੇ ਬਣੇ ਖੜੇ ਹੈ ਹਰੇਕ ਤਾਂ ਇੱਕ ਅਫਰਾ ਤਫਰੀ ਬਣੀ ਖੜੀ ਹੈ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਪੁਲਿਸ ਖੜੀ ਦੇਖ ਰਹੀ ਹੈ ਕਿਉਂਕਿ CM ਸਾਹਿਬ ਨੇ ਕਹਿਦਾ ਕੁਝ ਨਹੀਂ ਕਰਨਾ ਤੇ ਹਰ ਗੁਰੂ ਗ੍ਰੰਥ ਸਾਹਿਬ ਦਾ ਆਦਰ ਤਾਂ ਸਾਦੇ ਕਰਦੇ ਹੈ ਉੱਥੇ ਉਹਨਾਂ ਨੂੰ ਸਤਿਕਾਰ ਨਾਲ ਇੱਕ ਪਾਸੇ ਬਿਰਾਜਮਾਨ ਕਰਾ ਦਿੰਦੇ ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਹਿ ਦਿੰਦੇ ਵੀ ਇਹਨਾਂ ਨੂੰ ਰੋਕੋ ਜੀ ਆ ਬੇਅਦਬੀ ਕਰ ਰਹੇ ਹੈ ਉਹ ਤਾਂ ਕਿਸੇ ਨੇ ਕੀਤਾ ਨਹੀਂ ਤੇ ਉਹਨਾਂ ਨੂੰ ਲਿਆ ਕੇ ਤੁਸੀਂ ਸਿਰ ਤੇ ਬਿਠਾ ਲਿਆ ਜਿਹਦਾ ਨਤੀਜਾ ਅੱਜ ਭੁਗਤਣਾ ਪੈ ਰਿਹਾ ਸਭ ਜਿਹੜੇ ਲੋਕ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਹੈ ਜਿਹੜੇ ਇੱਥੇ ਇੱਕ ਦੂਜੇ ਦਾ ਚਾਹੇ ਪਾਰਟੀਆਂ ਕੋਈ ਵੀ ਹੈ ਸਾਹਿਬ ਇੱਕ ਅੰਮ੍ਰਿਤ ਸੰਚਾਰ ਨਹੀਂ ਸਾਹਿਬ ਜ਼ਹਿਰ ਸੰਚਾਰ ਕਰਨ ਦੀ ਗੱਲ ਕਰਦੇ ਹੈ ਅਸੀਂ ਸੋਧ ਦੇਵਾਂਗੇ ਆਹ ਜਿਹੜੀ ਸੋਧਣ ਵਾਲੀ ਮੈਂਟੈਲਿਟੀ ਹੈ ਨਾ ਸਾਹਿਬ ਆ ਨਹੀਂ ਪੰਜਾਬ ਨੂੰ ਇੱਕ ਸਮਝ ਕੇ ਚੱਲਣਾ ਪਊਗਾ ਸਾਹਿਬ ਪੰਜਾਬ ਇਜ਼ ਵਨ ਗੁਰੂ ਮਹਾਰਾਜ ਦੇ ਚਾਹੇ ਮੈਨੂੰ ਕਹਿ ਦਿੰਦੇ ਸੁਨੀਲ ਕੌਣ ਹੁੰਦਾ ਪਰ ਮੈਂ ਨਾ ਕਈ ਅੰਮ੍ਰਿਤਧਾਰੀਆਂ ਨਾਲ ਸੱਚਾ ਸਿੱਖ ਹਾਂ ਇੱਕ ਓਂਕਾਰ ਅੱਜ ਤੇ ਇਹਨਾਂ ਦੇ ਮੋਟੇ ਦਿਮਾਗ 'ਚ ਆ ਹੀ ਨਹੀਂ ਪੀ ਵੀ ਕੀ ਹੁੰਦਾ ਇੱਕ ਓਂਕਾਰ ਉਹ ਇੱਕ ਹੈ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨਵੇ ਇੱਥੇ ਆ ਕੇ ਅਸੀਂ ਸੋਧ ਦੇਵਾਂਗੇ ਕਿਹਨੂੰ ਸੋਧ ਦੇਵਾਂਗੇ ਸਾਹਿਬ ਕਿਉਂ ਸੋਧ ਦੇਵਾਂਗੇ ਕਿਉਂਕਿ ਲੀਡਰਸ਼ਿਪ ਦਾ ਕਿਉਂ ਖੜਾ ਇਹਦੇ 'ਚ ਆ ਕੇ ਤੁਸੀਂ ਆ ਕੇ ਇਹਨਾਂ ਨੇ ਵੀ ਡਫਲੀ ਟੋਕਤੀ ਇੱਥੇ ਮਰ ਗਏ ਲੀਡਰ ਸਾਰੇ ਕਿਹਦੇ ਸ਼ਬਦ ਸੀ ਇਹ ਸੋਧ ਦਾ ਸੌਰੀ ਇਹ ਸੋਧਣ ਵਾਲੇ ਸ਼ਬਦ ਕਿਹਦੇ ਗੱਲ ਕਰਦੇ ਇਹ ਸੋਧਣ ਵਾਲੇ ਸ਼ਬਦ ਕਿਹਦੇ ਸੀ ਕਿਹਨੇ ਕਹੀ ਤੁਸੀਂ ਵੀਡੀਓ ਦੇਖਦੇ ਨਹੀਂ ਜਿਹੜੇ ਜ਼ਹਿਰ ਸੰਚਾਰ ਕਰੀ ਜਾਂਦੇ ਸੀ ਉਹਨਾਂ ਨੇ ਕਿਹਾ ਬਹੁਤ ਧੰਨਵਾਦ ਇਹ ਸਨ ਸੁਨੀਲ ਜਾਖੜ ਜਿਨ੍ਹਾਂ ਦਾ ਕਹਿਣਾ ਕਿ ਮੈਂ ਪੰਜਾਬ ਦੇ ਹੱਕਾਂ ਦੇ ਲਈ BJP ਜੁਆਇਨ ਕਰੀ ਆ ਤੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਕਿ ਜਿੱਤ ਸਾਡੀ ਪੱਕੀ ਹੈ ਕੈਮਰਾ ਪਰਸਨ ਜਗਦੀਸ਼ ਦੇ ਨਾਲ ਮੈਂ ਸ਼ਸ਼ਨ ਨਾਗਰਾ ਧੰਨਵਾਦ।